ਸਾਰਿਆਂ ਨੂੰ ਜੀ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਿੱਛੇ ਜਿਹੜੀਆਂ ਮਹਿਕ ਨੇ ਮੱਠੀਆਂ ਬਣਾਈਆਂ ਸੀ, ਥੋੜ੍ਹੀ ਜਿਹੀ ਮਟਰੀ ਸੀ ਅਤੇ ਉਹ ਕਾਜੂ ਹੁੰਦੇ ਨੇ ਜਿਹੜੇ, ਹੈ ਨਾ, ਅਸਲੀ ਕਾਜੂ ਨਹੀਂ, ਉਹ ਦੂਜੇ ਫਰਾਈਡ ਕਾਜੂ ਜੇ ਆਪਾਂ ਬਣਾ ਲੈਂਦੇ ਹਾਂ ਘਰੇ ਮਸਾਲਾ ਲਾ ਕੇ, ਅਤੇ ਉਹ ਬਣਾਏ। ਉਹ ਯਾਰ ਇੰਨੇ ਜ਼ਿਆਦਾ ਸਾਨੂੰ ਸਵਾਦ ਲੱਗੇ। ਪਹਿਲਾਂ ਕਾਜੂਆਂ 'ਚੋਂ ਮਸਾਲਾ ਥੋੜ੍ਹਾ ਜ਼ਿਆਦਾ ਸੀ, ਬਟ ਅਸੀਂ ਜਦ ਮੱਠੀਆਂ ਨਾਲ ਮਿਕਸ ਕਰਦਾ ਉਹ ਸਾਰਾ ਇੱਕ ਦੂਜੇ 'ਤੇ ਮਸਾਲਾ ਲੱਗ ਗਿਆ। ਉਹ ਅਲਟੀਮੇਟ ਚੀਜ਼ ਬਣ ਗਈ ਸੀਗੀ। ਉਹ ਅਸੀਂ ਉਹਦੇ ਕਰਕੇ ਸਾਡੀ ਰੋਟੀ ਮਿਸ ਹੋ ਜਾਂਦੀ ਸੀ, ਅਸੀਂ ਡੱਬਾ ਜਿਹਾ ਚੱਕ ਕੇ ਉੱਥੇ ਰੱਖ ਵੀ ਟੇਬਲ 'ਤੇ ਲਿਆ ਨਾ, ਤੁਰਦੇ ਫਿਰਦੇ ਨੇ ਉਹ 'ਚੋਂ ਖਾ ਲੈਣੇ ਚੱਕ ਕੇ। ਅਤੇ ਪਰ ਮੇਰੇ ਨਾਲ ਕੱਲ੍ਹ ਮਾੜੀ ਹੋ ਗਈ, ਇਹਨੇ ਕੱਲ੍ਹ ਉਹ 'ਚ ਇੰਨੇ ਕੁ ਪਏ ਸੀਗੇ, ਸਾਰੇ ਹੀ ਖਾ ਗਈ। ਅਤੇ ਤੁਸੀਂ ਹੱਥ ਜ਼ਿਆਦਾ ਵੱਡਾ ਸੀ, ਹੱਥ ਇੰਨੇ ਵੀ ਨਹੀਂ ਸੀ, ਮਤਲਬ ਡੱਬਾ ਛੋਟਾ ਸੀ, ਚੌੜਾ ਘੱਟ ਸੀ ਡੱਬਾ, ਡੱਬਾ ਇੱਦਾਂ ਸੀ। ਹੁਣ ਅਸੀਂ ਕੀ ਸੋਚਿਆ, ਹੁਣ ਅਸੀਂ ਜ਼ਿਆਦਾ ਬਣਾਉਣੇ ਆ ਕੁਆਂਟਿਟੀ, ਮਤਲਬ ਵੀ ਜ਼ਿਆਦਾ ਕੁਆਂਟਿਟੀ ਦੇ ਵਿੱਚ ਬਣਾਉਣੇ ਆ। ਮੱਠੀਆਂ ਵੀ ਬਣਾਉਣੀਆਂ ਨੇ, ਕਾਜੂ ਵੀ ਬਣਾਉਣੇ ਨੇ, ਮਟਰ ਵੀ ਬਣਾਉਣੇ, ਅਤੇ ਹੋ ਸਕਿਆ ਭੁਜੀਆ ਭਾਜੀ ਆ ਜਾਵੇ। ਜਿਵੇਂ ਅਸੀਂ ਹੌਲੀ ਹੌਲੀ ਏਮ ਕਰਨਾ ਚਾਹੁੰਦੇ ਵੀ ਜਿਹੜਾ ਸਾਡਾ ਸਾਰਾ ਕੁਛ ਹੋਵੇ ਅਸੀਂ ਉਹ ਕਰੀਏ, ਆਪਣਾ ਫੂਡ ਆਪ ਤਿਆਰ ਕਰੀਏ। ਉਗਾਉਣੇ ਵਾਲੀ ਗੱਲ ਵੀ ਸਾਡੇ ਮਨ 'ਚ ਹੈਗੀ, ਬਟ ਉਹ ਜਦੋਂ ਜ਼ਮੀਨ ਜ਼ਮੀਨ ਹੋਊਗੀ ਕਦੇ ਉਹਦੇ ਪੂਰੇ ਗਾਉਂ ਵਿੱਚ ਲੋਕਦਾ ਨਹੀਂ ਹੈਗਾ। ਜਦ ਮੈਂ ਸ਼ਾਇਦ ਤਿੰਨਾਂ 'ਚੋਂ ਇੱਕ ਚੀਜ਼ ਬਣਾਵਾਂਗੀ, ਮੈਨੂੰ ਹਜੇ ਤੱਕ ਨਹੀਂ ਪਤਾ ਕੀ ਬਣਾਉਣਾ ਵਾ। ਮੱਠੀ ਬਣਾ ਲੈਂਦੇ ਹਾਂ ਕਿ ਮੈਂ ਇਹਨੂੰ ਕਹਿੰਦਾ ਸੀਗਾ, ਮੈਂ ਕਿਹਾ ਵੀ ਆਪਾਂ ਅੱਧੇ ਅੱਧੇ ਕਰ ਲੈਣੇ ਆ, ਵੀ ਵੰਡ ਲੈਣੇ ਅੱਧੇ ਤੇਰੇ ਅੱਧੇ ਮੇਰੇ, ਨਹੀਂ ਤੂੰ ਵੱਧ ਇਹਨੂੰ ਇਹਨੂੰ ਵੱਧ ਸ਼ੌਂਕ ਆ ਥੋੜ੍ਹਾ ਜਿਹਾ, ਜਿਵੇਂ ਭੁਜੀਆ ਕੁਛ ਵੀ, ਇਹਨੂੰ ਇਹ ਚੀਜ਼ਾਂ ਦਾ ਜ਼ਿਆਦਾ ਸ਼ੌਂਕ ਆ। ਰਿੱਕੀ ਨੂੰ, ਫੈਮਲੀ ਨੂੰ, ਸਾਰੀ ਨੂੰ, ਇਹਨਾਂ ਦਾ ਸਭ ਉਵੇਂ ਆ ਵੀ ਜਦ ਪੈਕਟ ਖੁੱਲ੍ਹ ਗਿਆ ਇੱਕ ਵਾਰ, ਚਾਹੇ ਪੈਕਟ ਐਡਾ ਵਾ, ਡਜ਼ਨਟ ਮੈਟਰ ਚਾਹੇ ਐਡਾ ਚਾਹੇ ਐਡਾ, ਇਹਨਾਂ ਨੇ ਇੱਕ ਵਾਰ 'ਚ ਮੁਕਾਉਣਾ ਹੀ ਮੁਕਾਉਣਾ ਵਾ, ਜਿਹੜਾ ਮਰਜ਼ੀ ਚੀਜ਼ ਹੋਵੇ। ਰਿੱਕੀ ਵੀ ਐਂ ਕਰਦਾ ਸੀਗਾ, ਮੇਰੇ ਕੋਲ ਲੈਟ ਸਪੋਜ਼ ਮੇਰੇ ਕੋਲ ਵੱਡਾ ਪੈਕਟ ਆ ਕੋਈ ਵੀ, ਚਾਹੇ ਈਵਨ ਚਿਪਸ ਦਾ ਵਾ, ਮੇਰਾ ਉਹ ਕਈ ਦਿਨ ਚੱਲ ਜਾਂਦਾ। ਛੋਟਾ ਬੈਗ ਵੀ ਮੇਰਾ, ਮੈਂ ਬਸ ਦੋ ਚਾਰ ਖਾਣੇ ਹੁੰਦੇ। ਸਹੀ ਤਾਂ ਵੱਡੇ ਪੈਕਟ ਵਾਲਾ ਧੱਕਾ ਨਾ ਕਰੋ, ਛੋਟਾ ਇੱਕ ਦਿਨ 'ਚ ਮੁਕਾਉਣੀ ਆ ਵੱਡੇ। ਚਿਪਸ ਕਹਿਣਾ ਮੈਂ, ਚਿਪਸ ਨਹੀਂ, ਭੁਜੀਏ ਦੇ ਵੱਡੇ ਨੂੰ ਤਿੰਨ ਚਾਰ ਦਿਨ ਲੱਗ ਜਾਂਦੇ ਨੇ। ਮੈਂ ਤਾਂ ਈਵਨ ਕੁਰਕਰਿਆਂ ਦਾ ਜਿਹੜਾ ਛੋਟਾ ਪੈਕਟ ਆਉਂਦਾ ਵਾ, ਉਹ ਵੀ ਮੇਰਾ ਕਿੰਨੇ ਕਿੰਨੇ ਦਿਨ ਚੱਲ ਜਾਂਦਾ। ਇਹ ਕਹਿੰਦਾ ਤੂੰ ਐਂ ਕਿਵੇਂ ਰੱਖ ਲੈਣਾ, ਜੇ ਕਦੇ ਖਾਧੇ ਦੋ ਖਾ ਗਏ, ਉਹ ਤਾਂ ਘੱਟ ਹੀ ਖਾਂਦੇ ਆ ਚਲੋ, ਪਰ ਜੇ ਕਦੇ ਲਿਆਂਦਾ ਜਾਂ ਮਿਲ ਗਿਆ ਵੀ ਦੋ ਖਾ ਕੇ ਉਹਨੂੰ ਫੋਲਡ ਕਰਕੇ ਰੱਖ ਲੈਣਾ। ਪਰ ਇਹਨਾਂ ਨੇ ਜੇ ਪੈਕਟ ਖੋਲ੍ਹ ਗਿਆ, ਰਿੱਕੀ ਨੇ ਵੀ ਕਹਿਣਾ, ਰਿੱਕੀ ਦੇ ਮੈਂ ਸੀਗੇ ਇਕੱਠੇ, ਅਸੀਂ ਕੋਰਨੇ ਖੋਲ੍ਹਣਾ ਪੈਕਟ, ਮੈਂ ਦੋ ਕੁ ਖਾ ਲੈਣੇ, ਉਹਨੇ ਕਹਿਣਾ ਖਾ ਲਓ, ਮੈਂ ਕਿਹਾ ਵੀ ਰੱਖ ਦੇ ਕਰੋ, ਕਹਿੰਦਾ ਨਹੀਂ ਹੁਣ ਖਾ ਲਓ, ਕਹਿੰਦਾ ਬਚਣਾ ਨਹੀਂ ਹੈਗਾ ਪੈਕਟ। ਸੋ ਇਹਨਾਂ ਦੀ ਸਟੋਰੀ ਲੂਣ ਮਿਰਚ ਵਾਲੀਆਂ ਚੀਜ਼ਾਂ ਨਾਲ ਹੋਇਆ ਥੋੜ੍ਹਾ ਜਿਹਾ ਰਿਲੇਸ਼ਨ, ਇਹਨਾਂ ਦਾ ਬੜਾ ਪੱਕਾ ਰਿਲੇਸ਼ਨ ਆ। ਦੇਖ ਰਹੇ ਆਪਾਂ ਜੀ ਕੀ ਬਣਾਉਂਦੇ ਆ ਮਹਿਕ, ਅਤੇ ਬਾਕੀ ਆਪਾਂ ਫਿਰ ਇੱਕ ਦੋ ਦਿਨਾਂ ਦੇ ਵਿੱਚ ਸਾਰੇ ਸਨੈਕ ਤਿਆਰ ਕਰਕੇ ਆਪਾਂ ਵੱਡੇ ਵੱਡੇ ਭਾਂਡਿਆਂ ਦੇ ਵਿੱਚ ਪਾ ਕੇ ਸਨੈਕ ਸਾਂਭ ਲੈਣੇ ਆ। ਆਪਾਂ ਨੇ 1.5 ਕਿਲੋ ਮੈਦਾ ਲਿੱਤਾ, ਅਤੇ ਇਹਦੇ ਵਿੱਚ ਆਪਾਂ ਜਿਹੜੀ ਕਸੂਰੀ ਮੇਥੀ ਆ ਉਹ ਐਡ ਕਰ ਲੈਂਦੇ ਹਾਂਗੇ। ਮਟਰੀ ਹੁੰਦੀ ਆ ਉਹਦੇ 'ਚ, ਕਸੂਰੀ ਮੇਥੀ ਹੁੰਦੀ ਆ। ਵੈਸੇ ਬਣ ਕੇ ਰਿਹਾ ਹੁਣ ਮੱਠੀ, ਮੱਠੀ ਬਣ ਰਹੀ ਆ ਨਾ। ਹਾਂਜੀ, ਕਈ ਇਹਨੂੰ ਵੀ ਮਟਰੀ ਉਹ ਕਹਿ ਦਿੰਦੇ ਨੇ। ਮੇਥੀ ਮੈਂ ਜ਼ਿਆਦਾ ਪਾ ਲੈਂਦੀ ਹੁੰਦੀ, ਮੈਨੂੰ ਵਧੀਆ ਲੱਗਦੀ ਆ। ਜੇ ਤੁਹਾਨੂੰ ਘੱਟ ਪਸੰਦ ਆ ਘੱਟ ਪਾ ਲਓ ਥੋੜ੍ਹੀ ਜੀ। ਜੇ ਤੁਹਾਡੇ ਕੋਲ ਕਸੂਰੀ ਮੇਥੀ ਹੈ ਨਹੀਂ, ਤੁਸੀਂ ਤਾਜ਼ੀ ਮੇਥੀ ਪਾਉਣੀ ਹੈਗੀ ਤਾਂ ਉਹਨੂੰ ਥੋੜ੍ਹਾ ਜਿਹਾ ਭੁੰਨ ਕੇ ਜੇ ਆਪਾਂ ਪਾ ਸਕਦੇ ਹਾਂਗੇ। ਅਤੇ ਇਹਦੂ ਬਾਅਦ ਆਪਾਂ ਇਹ 'ਚ ਨਮਕ ਐਡ ਕਰਦੇ ਹਾਂ। ਸਾਢੇ ਕੁ 3 ਚਮਚ ਹੋ ਗਿਆ, ਚਮਚਾ ਵੀ ਛੋਟਾ ਜੀ। ਹਾਂਜੀ, ਥੋੜ੍ਹਾ ਜਿਹਾ ਬੇਕਿੰਗ ਸੋਡਾ, ਇਸ ਤੋਂ ਬਾਅਦ ਬੇਕਿੰਗ ਪਾਊਡਰ, ਅਤੇ ਇਸ ਤੋਂ ਬਾਅਦ ਇਹਨੂੰ ਮੋਣ ਦੇਣ ਲਈ ਇਹਦੇ 'ਚ ਆਪਾਂ ਘਿਓ ਐਡ ਕਰਦੇ ਹਾਂ। ਅਤੇ ਆਪਾਂ ਅੱਧਾ ਘਿਓ ਪਾਵਾਂਗੇ ਅਤੇ ਅੱਧਾ ਕੁ ਤੇਲ ਪਾਵਾਂਗੇ। ਤੁਸੀਂ ਸਾਰਾ ਘਿਓ ਵੀ ਪਾ ਸਕਦੇ ਹੋ ਅਤੇ ਸਾਰਾ ਤੇਲ ਵੀ ਪਾ ਸਕਦੇ ਹੋ। ਤੇਲ ਅਤੇ ਘਿਓ ਮਿਕਸ ਕਰ ਦਾਂਗੇ, ਕਿਉਂਕਿ ਕਈ ਵਾਰ ਇਹ ਹੁੰਦਾ ਜੇ ਸਾਰਾ ਘਿਓ ਪਾ ਦਿੰਦੇ ਹਾਂ ਕਿ ਜੇ ਆਪਣੇ ਕੋਲ ਠੰਡ ਵਾਲਾ ਟੈਂਪਰੇਚਰ ਰਹਿੰਦਾ ਆਪਣੇ ਘਰ ਦੇ ਵਿੱਚ, ਫਿਰ ਉਹ ਜੰਮ ਕੇ ਜੇ ਨਾ, ਫਿਰ ਘਿਓ ਜਦੋਂ ਜੰਮ ਜੇ ਜਾਂਦਾ ਗਾ ਠੰਡੀ ਜਿਹੀ ਮਟਰੀ ਹੋ ਕੇ ਜਾਂ ਮੱਠੀ ਹੋ ਕੇ, ਫਿਰ ਉਹ ਇੰਨਾ ਸਵਾਦ ਨਹੀਂ ਲੱਗਦੀ ਹੈਗੀ। ਆਪਾਂ ਨੂੰ ਘਿਓ ਜ਼ਿਆਦਾ ਪਸੰਦ ਆ ਤਾਂ ਕਰਕੇ ਆਪਾਂ ਇਕੱਲਾ ਤੇਲ ਨਹੀਂ ਪਾ ਰਹੇ, ਇਸ ਕਰਕੇ ਆਪਾਂ ਨੇ ਮਿਕਸ ਕਰ ਲਿਆ। ਪਹਿਲਾਂ ਆਪਾਂ ਇਹਨੂੰ ਮੋਣ ਦੇ ਕੇ ਦੇਖਦੇ ਹਾਂ, ਹੋ ਸਕਦਾ ਇਹਦੇ ਨਾਲ ਸਰ ਜਾਵੇ, ਸਰਨਾ ਵੈਸੇ ਹੈ ਨਹੀਂ ਗਾ, ਮੋਣ ਦੇਣੀ ਬਹੁਤ ਜ਼ਰੂਰੀ ਆ। ਮੋਣ ਦਾ ਮਲਣਾ, ਮੈਨੂੰ ਪਤਾ ਨਹੀਂ ਇਹਨੂੰ ਹੋਰ ਵਰਡ ਵੀ ਯੂਜ਼ ਕਰਦੇ ਹੋਣੇ ਏਰੀਏ ਦੇ ਹਿਸਾਬ ਨਾਲ। ਕੰਮ ਮਿਹਨਤ ਵਾਲਾ ਆ, ਜੇ ਚੀਜ਼ ਸਵਾਦ ਬਣਾ ਕੇ ਖਾਣੀ ਆ ਫਿਰ ਮਿਹਨਤ ਕਰਨੀ ਪੈਣੀ ਆ। ਬਾਕੀ ਜੇ ਸੌਖਾ ਸਾਰਨਾ ਫਿਰ ਬਣੀ ਬਣਾਈ ਲਿਆ ਸਕਦੇ ਆ ਕਿਲੋ। ਬਟ ਪਤਾ ਕੀ ਹੁੰਦਾ ਅੱਜ ਜ਼ਿਆਦਾਤਰ ਨਾ, ਹੁਣ ਨਾ ਕਈ ਵਾਰ ਟੇਸਟ ਜਿਹਾ ਆਉਂਦਾ ਹੁੰਦਾ, ਇੱਕ ਤੇਲ ਜੇ ਦਾ ਨਾ ਟੇਸਟ ਆਉਂਦਾ ਹੁੰਦਾ, ਕਈ ਕਈ ਥਾਂ ਤੋਂ ਤਾਂ ਵਧੀਆ ਮਿਲ ਜਾਂਦੀ ਆ, ਕਈ ਵਾਰ ਟੇਸਟ ਜਿਹਾ ਆਉਂਦਾ ਹੁੰਦਾ, ਇੰਡੀਆ ਦਾ ਆਪਾਂ ਨੂੰ ਫਿਰ ਤਾਜ਼ੀ ਮਿਲ ਜਾਂਦੀ ਆ। ਹੁਣ ਆਪਾਂ ਤੇਲ ਪਾ ਦਿੰਦੇ ਹਾਂ, ਰਿਫਾਇੰਡ ਆ ਇਹ, ਪਹਿਲਾਂ ਆਪਾਂ ਚੈੱਕ ਕਰਦੇ ਹਾਂ, ਲੋੜ ਪਈ ਤਾਂ ਹੋਰ ਪਾਵਾਂਗੇ। ਆਪਾਂ ਨੇ ਇਹਨੂੰ ਐਵੇਂ ਜਿਹੇ ਕਰ ਲਿਆ, ਮੋਣ ਜੀ ਤੇਲੀ, ਜਦੋਂ ਇਹਦੀ ਐਂ ਜੇ ਮੁੱਠੀ ਰਹਿਣ ਲੱਗ ਜਾਵੇ ਉਦੋਂ ਆਪਣਾ ਆਟਾ ਠੀਕ ਹੋ ਜਾਂਦਾ। ਹੁਣ ਆਪਾਂ ਇਹਨੂੰ ਗੁੰਨਦੇ ਹਾਂ। ਆਪਾਂ ਨੇ ਥੋੜ੍ਹਾ ਜਿਹਾ ਕੋਸਾ ਕਰ ਲਿਆ ਸੀ, ਕਿਉਂਕਿ ਜਿਹੜਾ ਠੰਡਾ ਪਾਣੀ ਹੈਗਾ ਉਰੇ ਬਹੁਤ ਜ਼ਿਆਦਾ ਠੰਡਾ ਹੈਗਾ, ਹਲੇ ਤਾਂ ਇੰਡੀਆ ਵੀ ਠੰਡ ਹੀ ਹੋਣੀ ਆ, ਥੋੜ੍ਹਾ ਜਿਹਾ ਕੋਸਾ ਕਰਨਾ ਪੈਣਾ ਜੇ ਠੰਡ ਹੋਈ ਤਾਂ। ਪਰ ਉਹਦਾ ਘਰਦੇ ਕਹਿੰਦੇ ਸੀਗੇ ਵੈਦਰ ਚੇਂਜ ਹੋ ਗਿਆ, ਹੁਣੇ ਤਾਂ ਬਸ ਆਟਾ ਗੁੰਨ ਲੈਣਾ, ਨੋਰਮਲ ਜਿੱਦਾਂ ਆਟਾ ਗੁੰਨਦੇ ਆ। ਦੇਖੋ ਕਹਿੰਦੇ ਹੁੰਦੇ ਨੇ ਢਿੱਲਾ ਰੱਖਣਾ ਕਿ ਕਿਹੜਾ ਟਾਈਟ ਰੱਖਣਾ ਕੀ ਰੱਖਣਾ, ਕੁਛ ਕਹਿੰਦੇ ਹੁੰਦੇ ਨੇ, ਮੈਨੂੰ ਬਾਅਦ ਦਾ ਕਿੰਨਾ ਮੈਂ ਸਮਝ ਆਈ ਆ। ਬਸ ਇਹਦਾ ਠੀਕ ਜਿਹਾ ਰੱਖਣਾ, ਉਹੀ ਆ ਨਾ ਕਿ ਇਹ ਡਿਪੈਂਡ ਕਰਦਾ, ਹੁਣ ਜਿੱਦਾਂ ਮੈਂ ਆਟਾ ਟਾਈਟ ਦਾ ਮਤਲਬ ਸਖਤ ਹੁੰਦਾ ਵੀ ਟਾਈਟ ਰੱਖ,
अपने मम्मी होनी साढ़े सात कहते हैं जो आप बठिंडे गए आगे आंटी होना को मैं उत्थे भी कहता मैं क्या आंटी होना ने आटा गुन के फ्रिज च रखता सी मैं क्या आटा तो कैड़ा हो गया होना कहते लग गई लुधियाने वाली भाषा बोलन कैड़ा शब्द वाला घेंट ओदा भाई बड़ा कैड़ा बंदा मैं वही सुनया सीगा साडे नहीं कहते मैं लगदा कैड़ा वाला एक भैड़ा शब्द नु पॉजिटिव तरीके नाल भी वरत लैंदे ने ओ तां बड़ा भैड़ा बंदा ओ तां बहुत वधिया खेलदा छक्के मारदे ने खेलदे हुंदे सी ओ तां बहुत भैड़ा मटरी बहुत सवाल कुछ नहीं सिंपल जी मम्मी कहते घ्यो पैदा फट्टी चक दे मम्मी हसन लग जाते घ्यो वाले डब्बे फट्टे चक दे घ्यो तो याद आया मेरा एक फ्रेंड सीगा अमृतसर दा मैं पहली बार अमृतसर का जो कुलचा वा अमृतसरी कुलचा खिलाया से कॉलेज पढ़ते से उदो असी तो मैंने घर एक दिन अग लग गई मैं क्या मैं बनाना है ना मैं एक दो वीडियो जी मेरे मूहरे आ गई मैं देखी मैं आटा गुन्न लग्या मैं उस इन्ना ज्यादा घ्यो पाता इन्ना ज्यादा घ्यो पाता मेरे तो चलो बनया नहीं है ना आटा जहा खराब हो गया मैं मम्मी ने कहा मैं मम्मी बना लिया मेरे तो कुछ होया नहीं मम्मी कहते ठीक है मैं क्या चल मैं मटरी बना लैनी है ना मम्मी मटरी बना लगे मम्मी कहते भी उस इन्ना ज्यादा दोबारा आटा पाना पे मम्मी कहते मैनू भी कहते भी तू कि घ्यो पाया सी मैं क्या मैं तो बहुत ज्यादा घ्यो पाता सी आटे घ्यो ना ही गाँवता एक तरह मम्मी कहते हद ही करती इन्ना ज्यादा घ्यो ਆਹੀ ਵੀ ਕਹਿੰਦੇ ਤੋ ਸਹੀ ਨਹੀਂ ਆਇਆ ਹੈਗਾ ਇੰਨਾ ਜ਼ਿਆਦਾ ਕਿ ਆਪਣੇ ਕਿਹੜਾ ਇੰਡੀਆ ਡੰਗਰ ਨੇ ਮੁੱਲ ਦਾ ਕਿਉਂ ਲਿਆਉਣੇ ਹੁੰਨੇ ਆ ਜ਼ਿਆਦਾਤਰ ਘਰ ਵਾਲਾ ਫਿਰ ਬਾਰੇ ਦਿਨ ਹੀ ਨਾ ਚੱਲਦਾ ਹੈਗਾ ਮੰਮੀ ਨੂੰ ਵੀ ਇੰਨੀ ਜ਼ਿਆਦਾ ਮਟਰੀ ਹੋਣੀ ਮੈਨੂੰ ਯਾਦ ਅਸੀਂ ਖੇਡਦੇ ਸੀ ਬਾਹਰ ਕਰੇਟ ਮੰਮੀ ਫੇਰ ਆ ਜਾ ਕਰੋ ਤੇ ਤੂੰ ਇੰਨਾ ਕਿਉਂ ਕਿਹਾ ਪਾਇਆ ਮੈਨੂੰ ਅੱਡੀਆਂ ਸਾਖੀਆਂ ਤੇ ਮੁੱਕੀ ਦੇਣੀ ਪੈਂਦੀ ਆ ਮੈਂ ਵੀ ਵਧੀਆ ਐਕਸਰਸਾਈਜ਼ ਹੁੰਦੀ ਆ ਗੁੱਟਾਂ ਲਈ ਜਿਹੜਾ ਲੰਗਰ ਚ ਆਟਾ ਗੁੰਦੇ ਆ ਨਾ ਜ਼ਿਆਦਾ ਆਟਾ ਹੋਵੇ ਵੱਡੇ ਵੱਡੇ ਪ੍ਰਾਂਤਾਂ ਦੇ ਵਿੱਚ ਉਹ ਵਧੀਆ ਐਕਸਪੀਰੀਅੰਸ ਹੁੰਦਾ ਲੰਗਰ ਦੇ ਵਿੱਚ ਜਦੋਂ ਆਟਾ ਗੁੰਦੇ ਆ पहला बंद औखा लगता हिसाब आ जाता फिर बड़ा वाइया लगन लग जाता फिर सौखा लगन लग जाता पहला बार मैं पहली बार गुन्या मैं यार कि औखा भी हाए तो जो हिसाब आ गया फिर मैंने लगे मैंने चाह कर मैं गुनूंगा मैं गुनना नहीं मैं गुनूंगा वो फर्क पै जाता मैदा हाले को औखा होंगे पीजे पूजे का करना वो औखा होंगे जो आम आटा रोटियां होंगे अपना वो सौखा लगता सौखा होंगे कृपा की तुम देख रहे हो मैं पानी हाथ जो ला ला के माड़ा माड़ा ही कर रही है घट घट पाई चलेंगे ਵਧੀਆ ਰਹਿੰਗੇ ਜੇ ਵੱਧ ਪੈ ਗਿਆ ਫਿਰ ਔਖਾ ਹੋ ਜਾਂਦਾ ਵਾ ਫਿਰ ਤਾਂ ਕਈ ਵਾਰ ਮੁੜ ਕੇ ਸੈੱਟ ਹੀ ਨਹੀਂ ਆਉਂਦਾ ਬੰਦਾ ਫਿਰ ਆਟਾ ਜਿਹਾ ਪਾ ਲੈਂਦਾ ਫਿਰ ਬਣਾਈ ਜਾ ਹਰ ਇੱਕ ਬੰਦੇ ਦਾ ਉਹ ਆ ਮੈਂ ਜਿਵੇਂ ਪਹਿਲਾਂ ਦੱਸਣੀ ਲੱਗੀ ਸੀਗੀ ਮੈਂ ਆਟਾ ਹਮੇਸ਼ਾ ਕੈੜਾ ਰੱਖਦੀ ਹਾਂ ਥੋੜ੍ਹਾ ਜਿਹਾ ਮੈਂ ਰੋਟੀ ਵੀ ਕੈੜੇ ਦੀ ਉਹ ਪਕਾਉਣੀ ਆ ਪਰ ਇਹਨੂੰ ਆਪਾਂ ਉਹਨਾਂ ਕੈੜਾ ਨਹੀਂ ਰੱਖਣਾ ਇਹਨੂੰ ਥੋੜ੍ਹਾ ਜਿਹਾ ਸੌਫਟ ਰੱਖਣਾ ਪੈਣਾ ਅਤੇ ਆਟਾ ਆਪਣਾ ਗੁੰਨਿਆ ਗਿਆ ਤੇਲ ਲਾ ਕੇ ਰੱਖ ਦਿੰਦੇ ਹਾਂ ਆਪਾਂ ਇਹਨੂੰ ਇਹਨੂੰ ਰੱਖਣਾ ਆਪਾਂ ਨੇ 10-15 ਮਿੰਟ ਲਈ ਰੈਸਟ 'ਤੇ ਇਹਨੂੰ ਆਪਾਂ ਬਾਅਦ 'ਚੋਂ ਛੇੜਦੇ ਹਾਂ ਉਹਨੇ ਆਪਾਂ ਆਪਣਾ ਤੇਲ ਆ ਜਿਹੜਾ ਉਹ ਗਰਮ ਕਰਨ ਲਈ ਰੱਖਦੇ ਹਾਂ ਤੇਲ ਆਪਣਾ ਗਰਮ ਹੋ ਗਿਆ ਤੇ ਆਪਣੇ ਗੈਸ ਬੰਦ ਕਰਤਾ ਹੁਣ ਇਹਨੂੰ ਥੋੜਾ ਜਿਹਾ ਸਾਈਡ ਤੇ ਕਰ ਦਿੰਨੇ ਆਗੇ ਕਿਉਂਕਿ ਇਹਦੇ ਤੇ ਹੀਟ ਜ਼ਿਆਦਾ ਦੇਰ ਰਹਿਣੀ ਹੈਗੀ ਫਿਰ ਇਹਨੇ ਗਰਮ ਰਹਿ ਜਾਣਾ ਆਪਾਂ ਨੇ ਇਹਨੂੰ ਥੋੜਾ ਜਿਹਾ ਟੈਂਪਰੇਚਰ ਇਹਦਾ ਸੈੱਟ ਕਰਨਾ ਮੀਡੀਅਮ ਜੀ ਹੀਟ ਰੱਖਣੀ ਹੈ ਨਾ ਹਾਂਜੀ ਕਿ ਫਿਰ ਜਿੰਨੀ ਜ਼ਿਆਦਾ ਹੀਟ ਹੋਊਗੀ ਫਿਰ ਉੱਪਰ ਉੱਪਰੋਂ ਪੱਕ ਜਾਣਾ ਅੱਛਾ ਇਹਦਾ ਫੇੜਾ ਹੀ ਕਰ ਲੈਣਾ ਹੁੰਦਾ ਬਸ ਹਾਂਜੀ ਇਹਦਾ ਵੀ ਉਹੀ ਕੰਮ ਆ ਮਨਚੂਰੀਆਂ ਨਾਲ ਛੋਟੇ ਤੋਂ ਛੋਟਾ ਜਿੰਨਾ ਫੇੜਾ ਕਰ ਸਕਦੇ ਹੋਗੇ ਮਜ਼ੂਰੀਆਂ ਤਾਂ ਗੋਲ ਬਣਾਉਣੇ ਨੇ ਥੋੜਾ ਦੱਬ ਕੇ ਬਣਾਉਣਾ ਇਹਨੂੰ ਇਦਾਂ ਦੱਬ ਦੇਣਾ ਇਦਾਂ ਦੱਬ ਕੇ ਜੀ ਆ ਚੀਜ਼ ਬਣ ਜਾਣੀ ਹੈ ਬਸ ਇਹਨੇ ਵੈਸੇ ਫੁੱਲਣਾ ਹੈ ਨਾ ਜਿੰਨਾ ਇਹਨੂੰ ਦੱਬ ਸਕਦੇ ਹੋ ਦੱਬ ਲਓ ਪਰ ਉਹੀ ਹੈ ਕਿ ਮੈਦਾ ਕਰਕੇ ਨਾ ਜ਼ਿਆਦਾ ਕਈ ਵਾਰ ਹੁੰਦਾ ਨਹੀਂ ਹੈਗਾ ਤਾਂ ਹੀ ਕਰਕੇ ਪੇੜਾ ਛੋਟਾ ਰੱਖਦੀ ਹੁੰਦੀ ਹਾਂ ਭਾਵੇਂ ਜ਼ਿਆਦਾ ਉਹ ਨਾ ਕਰੋ ਪੇੜੇ ਨੂੰ ਕੋਈ ਐਡਾ ਚੱਕਰ ਨਹੀਂ ਹੈਗਾ ਵੀ ਜ਼ਿਆਦਾ ਪੇੜਾ ਬਣਾਉਣ ਦਾ ਵੀ ਚੱਕਰ ਨਹੀਂ ਹੈਗਾ ਕੋਈ ਤੇ ਆਪਣਾ ਜਿਹੜਾ ਭਾਂਡਾ ਸੀਗਾ ਇਹ ਕਾਲਾ ਜਿਹਾ ਹੋ ਗਿਆ ਜ਼ਿਆਦਾ ਤੇਲ ਵਾਲੀਆਂ ਚੀਜ਼ਾਂ ਬਣ ਗਈਆਂ ਨਾ ਤੇ ਰਿੱਕੀ ਵਾਲੇ ਫੇਰ ਕਹਿੰਦਾ ਸੀ ਵੀਕਐਂਡ ਤੇ ਭਟੂਰੇ ਬਣਾ ਲਿਓ ਮੈਂ ਕਿਹਾ ਹੁਣ ਨਹੀਂ ਕੁਝ ਹੋਰ ਖਾ ਲਈ ਫਿਰ ਦੂਜਾ ਆਪਸ਼ਨ ਸਾਡੇ ਮਨ ਚ ਸਮੋਸੇ ਆਇਆ ਫਿਰ ਉਹ ਵੀ ਤੜਕੀ ਬਣਦੇ ਨਹੀਂ ਬੇਕ ਤੇ ਸਮੋਸੇ ਖਾ ਲਾਂਗੇ ਜਿਹੜੇ ਉਹਦੇ ਬੇਕ ਕਰਕੇ ਬਣਾਉਂਦੇ ਆ ਪਾਣੀ ਨਹੀਂ ਖਾਣੇ ਹੈਗੇ ਹੁਣ ਆਪਣੀ ਗਈਆਂ ਜੀ ਕੜਾਹੀ ਦੇ ਵਿੱਚ ਹਲੇ ਮੱਠੀਆਂ ਨਹੀਂ ਹੈਗੀਆਂ ਮੱਠੀਆਂ ਉਹਨੇ ਹੁਣ ਬਣਨਾ ਦੀ ਸ਼ੇਪ ਆ ਜਿਹੜੀ ਤੁਸੀਂ ਆਪਣੇ ਹਿਸਾਬ ਤੇ ਬਣਾ ਸਕਦੇ ਹੋ ਵੱਡੀਆਂ ਛੋਟੀਆਂ ਜਿੱਦਾਂ ਤੁਹਾਨੂੰ ਠੀਕ ਲੱਗਦੀਆਂ ਨੇ ਆਪਾਂ ਇਹਨਾਂ ਨੂੰ ਰੱਖਤਾ ਤੇ ਇਹਨੂੰ ਟਾਈਮ ਲੱਗਦਾ ਪ੍ਰੋਸੈਸ ਸਾਰਾ ਟਾਈਮ ਕੰਜ਼ਿਊਮਿੰਗ ਆ ਲੱਗਾ ਇਹਨੂੰ ਬਹੁਤ ਸਲੋਲੀ ਕੋਕੋਨ ਨੂੰ ਟਾਈਮ ਲੱਗਦਾ ਹਾਂਜੀ ਟਾਈਮ ਲੱਗਣਾਗਾ ਤੇ ਹੁਣ ਇਹ ਵੀ ਇਹ ਨਹੀਂ ਹੈਗਾ ਮਟਰਾਂ ਨੂੰ ਵੀ ਕਰਿਆ ਪੇੜਾ ਦੇ ਰੱਖ ਕੇ ਬੇਲਤਾ ਦੇ ਕੱਟਤਾ ਹੁਣ ਇਹ ਚੀਜ਼ ਤੇ ਵੀ ਟਾਈਮ ਲੱਗਣਾ ਇਹ ਵੀ ਆਪਣਾ ਹੱਥਾਂ ਦਾ ਐਫਰਟ ਲੱਗਦਾ
बस यही है जो एफर्ट ला सकते हो फिर मेहनत करो फिर रिजल्ट भी वधिया रहूगा। ये अपना पहला पूरी ऑलमोस्ट ऑलमोस्ट रेडी हो चलिया। इधर आप शेपा जी बना के रख लिया सी पर कितने चली गई दसो भी कितने गई है। एक गलती हो गई अपने एक चीज पाई नहीं सी जो फिर फ्राई कर जो फ्राई ने करना शुरू किया मैं कोई स्मेल जी नहीं आ रही है गल की है फिर याद आया कि मैं तो पाई हुई नहीं है। मैंने शुरू शुरू पूछे मैं भी जीरा जूरा जहाँ नहीं पाया दोबारा गुन्ने ਤੇ ਇੱਕ ਹਾਂ ਸੱਚ ਜਦੋਂ ਆਪਾਂ ਨੇ ਉਹ ਬਣਾਈ ਸੀਗੀ ਨਾ ਪਿੰਨੀਆਂ ਬਣਾਈਆਂ ਸੀ ਉਹਦੇ 'ਚ ਵੀ ਕਾਫੀ ਆਣੇ ਨੇ ਕਮੈਂਟ ਕਰੇ ਸੀ ਦੀਦੀ ਵਿੱਚ ਜਵੈਣ ਪਾ ਲੈਣੀ ਸੀਗੀ ਅਤੇ ਇੱਕ ਉਹ ਪਾ ਲੈਣਾ ਸੀਗਾ ਆਪਣਾ ਕੀ ਕਹਿੰਦੇ ਹੁੰਦੇ ਨੇ ਉਹਨੂੰ ਕਾਲੀ ਮਿਰਚ ਅਤੇ ਉਹ ਪਾਉਂਦੇ ਹੁੰਦੇ ਨੇ ਜੀ ਸਾਡੇ ਘਰ ਦੇ ਪਾਉਂਦੇ ਹੁੰਦੇ ਆ ਮੈਂ ਜਿਵੇਂ ਹੁਣ ਵੀ ਦੱਸ ਕੇ ਹਟੀ ਹਾਂ ਮੈਂ ਉਹ ਵੀ ਜਿਹੜੀ ਨੂੰ ਜਵੈਣ ਪਸੰਦ ਨਹੀਂ ਹੈਗੀ ਇਹ ਨਮਕੀਨ ਵਾਲੀਆਂ ਚੀਜ਼ਾਂ ਤਾਂ ਮੈਂ ਖਾ ਲੈਂਦੀ ਹਾਂ ਪਰ ਮਿੱਠੇ ਵਾਲੀਆਂ ਚੀਜ਼ਾਂ ਇਹ ਤਾਂ ਜਮਾਂ ਹੀ ਨਹੀਂ ਤਾਂ ਕਰਕੇ ਫਿਰ ਮੈਂ ਉਹ 'ਚ ਪਾਈ ਨਹੀਂ ਸੀਗੀ ਜਿਹੜੇ ਲਾਈਕ ਕਰਦੇ ਹੋਗੇ ਉਹ ਕਾਲੀ ਮਿਰਚ छिट्टे मारती है दूजी प्लेट च रख लैने एक बार ए कढ़ी दा जे सीधा ही पेपर ते कढ़ीए फिर ज्यादा तेल तेल जिहा हो जांदा गा हुण आपां ने इधर कढ़ता आपां ने थोड़ी रिक्वेस्ट मान ली पता नहीं भाई जवैन पाने का फर्क की हो सारिया बालिया गए टुते आ गई तैर के एक चिक्की जी लगदिया ने पहली बार फिर फर्क भी होंगे ना जिदा रोटी कि सोनिया लगती है कि तैर के टुते आ गई मठिया तो बहुत खादिया ने पर गर्म गर्म मठी नहीं कदे खादी हैगी ताजी ताजी बनी बनी हुई छक के देख रहे किदां दी लगदी है मैनूं पता नहीं क्यों लग रहा गर्म गर्म उन्नी स्वाद इडली जिहड़ी ठंडी लगदी हुंदी आ लगूगी मैं पिछली बार खादी सी सॉफ्ट पई आ ओह क्रंची हुंदी आ ना मेनू एन याद आ मैं पहली बार मठी कदों खाती सी जिहड़े साडे डैडी उहनां दे चाचा जी ने उहनां दे घरे पाठ सीगा खंडपाठ साहिब जी दा पाठ सीगा मैं छोटा सीगा काफी डैडी मैनूं लै गए सी उत्थे चाह नाल मठी सी डैडी कहिंदे मठी खा ला मैनूं नहीं पता सी कि मठी डैडी ने कहा मैं चक ली बदाना भुजी उह च जांदी ना अपने खंडपाठ ते मैं सवेरे चाह नाल दिंदे ने मैं खावां ना मैं उह खा गया फिर मैं इह खादी मैनूं स्वाद लगी क्योंकि मैं लूण मिर्च दा थोड़ा मिठे नाल वध शौकीन सीगा मैनूं एह ज्यादा मैनूं उस तों बाद मैनूं काफी वधिया लगण लगी सी मैं पहलां देखदा सी वी इह राग की चीज़ आ पर खा के बहुत स्वाद लगी सी मैं जो इन खादी सी ना व्याहां ते व्याहां जी भाजी जी ज्यादा हुंदी है मैं सोचदी सी इह किवें बणदी आ इह किवें बणदी होगी स्वाद आ यार पूरी फिर मैं मम्मी नूं पुछिया सी मम्मी ने मैनूं रेसिपी दसी सी मैं कहा यार इह तां किन्नी सौखी आ बनाउणी पहलां मैनूं लगदा सी वी बनाउण च बहुत मेहनत लगदी होणी आ बहुत वधिया बहुत स्वाद आ ठंडी हुई बाली ज्यादा ही घैंट लगूगी उसने मेरा तुरदा फिरदा बंदा बाहर सैर करन जाणा हाथे ही भूख लग गई फिर सैर करन दा कोई फायदा नहीं मूंह मारदा जांदा हुंदा नहीं ठीक है हूं फिर आप बंद किए हुए ना कुरकरे लेज लिया भी नहीं भी एक नंबर ने बहुत ज्यादा स्वाद मैं तो स्वाद लगती है
मैं लगता लगभग बहुत जन सवाद लगती है जो नमकीन खाते है ना उन्होंने ज्यादा सवाद लगती होनी चीजा नहीं ज्यादा पाई मैंने हजे तो अगली च जवैन आनी है रोटी पाचो खावांगे पहलां मठियां बना लईए सुस्ती पै जानी है खा के मैं क्या नहीं आपां पहलां ही खाने कहिंदी क्यों मैं क्या फिर तू रोटी नहीं खानी है कि फिर तू ओही खाई जाएगी इसलिए पहले ही आना ढिड भर ला बाद चो फिर तेरा ठीक रहूगा कंट्रोल रहूगा माड़ा जा ढिड भरिया सीगा मैं रोटी भी एक खादी एक मेरी हाले पई हुई है मैं क्या चल भी ढिड च जगह रख दे आ खावांगे बाद चो पर वो रोटी नहीं एक एक नहीं इतना ढिड भरता बेचारियां खाती नहीं है मैंने बहुत अफसोस है मुझे कर मट्टी खाने का मौका नहीं मिल पाया ते आ रही है जी एंड ते साइज थोड़ा छोटा कर लिया सीगा अलग अलग साइज दी है इधर थोड़ी बड़िया ने काफी ज्यादा बन गई है इस तरीके बनाने ना ज्यादा प्रेस करके पाउन लग्या तां फिर एह खान दे विच जिहड़ी उहदी उपरली स्किन आ उह कैड़ी रह जांदी आ इस करके इदा नहीं बनानी है इनू बस पहला ही करके रख देना जो पौन लगना उदो दोबारा प्रेस करके ना पायो फिर इहदी आ स्किन कैड़ी रह जानी है मैं पिछली बार देखा सीगा तां मैनू पता वधिया बनी आ देखो ठंडी हो जानी है सही हो जाना पर ओदा यह हुण कच्ची नहीं है बहुत ज्यादा स्वाद बनी है थोड़ा जा घ्यो वध पाया सीगा ते ओदे करके पूरा मतलब भी ओदा फ्लेवर आउंदा गा ਪੂਰੀਆਂ ਐਵੇਂ ਲੱਗਦੀਆਂ ਨੇ ਜਿਵੇਂ ਮੁੱਲ ਵਾਲੀਆਂ ਹੁੰਦੀਆਂ ਨੇ ਅਜਵੈਣ ਪਾ ਲਿਓ ਜੇ ਤੁਹਾਨੂੰ ਪਸੰਦ ਆ ਜਿਹੜੀ ਨਹੀਂ ਪਾਈ ਸੀਗੀ ਬਣੀ ਦਾ ਉਹ ਵੀ ਬਹੁਤ ਸਵਾਦ ਸੀਗੀ ਪਰ ਜਦੋਂ ਪਾ ਲੈਂਦੇ ਹਾਂ ਜ਼ਿਆਦਾਤਰ ਇਹਦਾ ਜਿਹੜਾ ਫਲੇਵਰ ਆ ਟੇਸਟ ਆ ਉਹ ਨਮਕੀਨ ਚੀਜ਼ਾਂ 'ਚ ਵਧੀਆ ਲੱਗਦਾ ਟੁੱਟਦੀ ਵੀ ਦੇਖੋ ਇੱਕ ਜਮਾਂ ਹੀ ਸਹੀ ਉਹ ਬਣੀ ਹੋਈ ਆ ਨਾ ਪੋਲੀ ਆ ਨਾ ਕੈੜੀ ਹੈਗੀ ਤੇ ਇੱਦਾਂ ਬਣਾ ਲਿਓ ਮੈਨੂੰ ਤੇ ਡੈਡੀ ਨੂੰ ਬਹੁਤ ਪਸੰਦ ਆ ਡੈਡੀ ਲੈ ਆਉਂਦੇ ਹੁੰਦੇ ਨੇ ਇੰਡੀਆ ਫਿਰ ਆਪਣੇ ਉਹੀ ਹੁੰਦਾ ਨਾ ਕਿ ਬਣਾਉਂਦਾ ਹੀ ਰਹਿੰਦਾ ਕੋਈ ਨਾ ਕੋਈ ਸ਼ਹਿਰ ਦੇ ਵਿੱਚ ਵੀ ਦਰਾਹੀ ਵੀ ਉਹ ਇੱਕ ਸ਼ੋਪ ਆਈ ਗਈ ਹਲਵਾਈਆਂ ਦੀ ਉਹ ਵੀ ਬਣਾਉਂਦੇ ਰਹਿੰਦੇ ਨੇ ਡੈਡੀ ਲਿਆਉਂਦੇ ਹੁੰਦੇ ਅਸੀਂ ਹਜ਼ੂਰ ਸਾਹਿਬ ਗਏ ਹਾਂ ਪੜਨਾ ਸਾਹਿਬ ਗਏ ਹਾਂ ਨਾਲ ਲੈ ਕੇ ਜਾਂਦੇ ਹੁੰਦੇ ਨੇ ਡੈਡੀ ਹਮੇਸ਼ਾ ਹੀ ਤੇ ਬਹੁਤ ਸਵਾਦ ਲੱਗਦੀਆਂ ਨੇ ਤੇ ਅੱਜ ਦੀ ਇੰਨੀ ਕੁ ਆਪਣੀ ਵੀਡੀਓ ਸੀਗੀ ਤੁਸੀਂ ਵੀ ਬਣਾਇਓ ਤੇ ਸਾਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕਿੱਦਾਂ ਦੀ ਲੱਗੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਤੇ ਹੁਣ ਕਾਜੂਆਂ ਦੀ ਰੈਸਪੀ ਦੇ ਨਾਲ ਆਪਾਂ ਤੁਹਾਨੂੰ ਕੱਲ ਨੂੰ ਮਿਲਦੇ ਹਾਂ ਤਦ ਤੱਕ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ।